स्नेहा धीर, सांझा पंजाब टीवी, अमृत। जे रिपब्लिकन एंड पार्टी इंडियन एकतावादी दी एक मीटिंग दा आयोजन जलंधर विखे B.R. अंबेडकर मेमोरियल ट्रस्ट रजिस्टर बुद्ध विहार विच पार्टी दे वाइस प्रधान सरदार कुलवंत सिंह रंधावा दी देख रेख विच 2022 नूं आउण वालियां चोणां दे संबंध विच रखी गई। इस मौके ते विशेष तौर ते एडवोकेट गुरदेव सिंह मलेरकोटला वालियां ने हाजरी भरी अते इन्हां दे नाल सुखविंदर सिंह प्रधान, मनजीत कौर शामिल सन। इस मौके ते रजिंदर कुमार जसल, बलदेव राज, नरेंद्र बोध, चंचल बोध, भारती बोध, करनैल खामरा, हरिपाल खेड़ा, बली आजादपुर हाजिर सन। बुलावे भाई, पहला मेरी मां नूं टैल सिंह ने मारिया। टैल सिंह कौन सी? भरा ही है मेरा। अच्छा, बड़े? छोटा मेरे तो। पहला मां नूं मारिया पैसे दी खातर। किसना मारिया थी, कितना उन्हां दे नाल? इहने पैसे खोण दी खातर कीता। मेरे पैसे सी, मेरी मां कोल मेरे नाल रहिंदी सी। हांजी, ਉਹਦੇ ਤੋਂ ਬਾਅਦ ਮੇਰੇ ਕੋਲੋਂ ਉਹਨੇ, ਮੈਂ ਬਿਮਾਰ ਪੈ ਗਿਆ, ਮੇਰੇ 'ਤੇ ਚੱਕੀ ਉਹਨੇ ਕਿਰਾਏ 'ਤੇ ਲੈ ਲਈ 2005 ਦੇ ਵਿੱਚ, 2784। मेरी जिंदगी के मालिक, मेरी जिंदगी के मालिक, कहीं तुम ना रूठ जाना। जदों दुनिया ने, हाँ जदों दुनिया ने मैं तू अख फेरी, गुरा ने मेरी बाह फड़ ली। ਮੈਥੋਂ ਅੱਖ ਫੇਰੀ, ਗੁਰਾ ਨੇ ਮੇਰੀ ਬਾਂਹ ਫੜ ਲਈ। ਮੇਰੀ ਤਾਰ ਦਿੱਤੀ ਡੁੱਬਦੀ ਹੋਈ ਬੇੜੀ, ਹੋ ਮੇਰੀ ਤਾਰ ਦਿੱਤੀ ਡੁੱਬਦੀ ਹੋਈ ਬੇੜੀ, ਗੁਰਾ ਨੇ ਮੇਰੀ ਬਾਂਹ ਫੜ ਲਈ। ਜਦੋਂ ਦੁਨੀਆ ਨੇ ਮੈਥੋਂ ਅੱਖ ਫੇਰੀ, ਗੁਰਾਂ ਨੇ ਮੇਰੀ ਬਾਂਹ ਫੜ ਲਈ। 8400 ਕਿਰਾਇਆ ਕਰਕੇ, ਹਾਂਜੀ, ਅਤੇ ਉਹਦੇ ਵਿੱਚ ਮੈਨੂੰ ਇਹਨੇ 27000 ਦਿੱਤਾ 8 ਵਿੱਚ, ਤਾਂ ਬਾਕੀ ਦਾ ਕਿਰਾਇਆ ਮੇਰਾ ਰੋਕ ਲਿਆ। ਅਤੇ ਜੇ ਮੈਂ ਕਿਰਾਇਆ ਮੰਗਿਆ ਤਾਂ ਮੈਨੂੰ ਮਾਰ ਕੁਟਾਈ, ਮੇਰਾ ਸੱਟਾਂ ਮਾਰੀਆਂ। ਪੰਚਾਇਤ ਔਰ ਥਾਣਾ ਰਲ ਕੇ ਇਹਨਾਂ ਨੇ ਮੇਰੇ 'ਤੇ ਪੂਰਾ ਧੱਕਾ ਕੀਤਾ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਚ ਗਿਆ। ਅਤੇ ਮੈਂ ਆਪਣੀ ਕਿਰਤ ਵੀ ਬਚ ਗਿਆ, ਪਰ ਉਹਨਾਂ ਨੇ ਕਸਰ ਨਹੀਂ ਛੱਡੀ। ਮੇਰੇ ਘਰ ਕੰਧ ਟੱਪ ਕੇ ਮੈਨੂੰ ਰੋਟੀ ਖਾਂਦੇ ਨੂੰ ਰਾਤ 9 ਵਜੇ 7ਵੇਂ ਮਹੀਨੇ 'ਚ ਰੋਟੀ ਖਾਂਦੇ ਨੂੰ ਮਾਰਨ ਆਏ, ਪਰ ਮੇਰੇ ਬੱਚੇ ਨੇ ਛਡਾਇਆ, ਪਰ ਉਹਦੇ ਵੀ 2 ਸੋਟੇ ਲੱਗੇ। ਇਸੇ ਸਾਲ ਦੀ ਜੀ, 7ਵੇਂ ਮਹੀਨੇ ਦੀ, ਹਾਂਜੀ। ਤਾਂ ਉਹਦੇ ਵਿੱਚ ਮੈਂ ਥਾਣੇ ਰਿਪੋਰਟ ਕੀਤੀ, ਥਾਣੇ ਨੇ ਜਿਹੜੀਆਂ ਧਾਰਾਂ ਲੱਗਦੀਆਂ ਸੀ ਨਹੀਂ ਲਾਈਆਂ, ਉਹਨੇ ਪੈਸੇ ਲੈ ਕੇ 57 ਹੀ ਲਾਏ ਆ। ਜਿਹੜੀਆਂ ਧਾਰਾਂ ਜਾਣੀ ਕਿ 452 ਲੱਗਦੀ ਸੀ, 307 ਲੱਗਦੀ ਸੀ ਔਰ 26 ਲੱਗਦੀ ਸੀ, ਤਾਂ ਉਹਨਾਂ ਨੇ ਥਾਣੇ ਨੇ ਕੋਈ ਵੀ ਇਹ ਧਾਰ ਨਹੀਂ ਲਾਈ। 57 ਲਾ ਕੇ ਅਤੇ ਮੈਨੂੰ ਕਹਿੰਦੇ ਨੇ ਤਾਂ ਤੈਨੂੰ ਥਾਣੇ 'ਚ ਬੰਦ ਕਰਨਾ। ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਵੀ 57 ਲਾਉਂਦੇ ਕਿਹੜੇ ਕਾਨੂੰਨ 'ਚ ਆ। SSO ਕਹਿੰਦਾ ਆ ਵੀ ਤੂੰ ਮੈਨੂੰ ਧਮਕੀ ਦੇ ਰਿਹਾ। ਸ਼ੁਭਨਾਮ ਜੀ, ਔਰ ਅੱਜ ਦੀ ਮੀਟਿੰਗ ਦਾ ਜੋ ਏਜੰਡਾ ਹੈ ਉਸ ਦੇ ਸੰਬੰਧ ਵਿੱਚ ਤੁਸੀਂ ਥੋੜ੍ਹਾ ਸੋਚ ਕਰੋ। ਹਾਂਜੀ, ਐਡਵੋਕੇਟ ਗੁਰਦੇਵ ਸਿੰਘ, ਸੂਬਾ ਪ੍ਰਧਾਨ ਰਿਪਬਲਿਕਨ ਪਾਰਟੀ ਆਫ ਇੰਡੀਆ ਏਕਤਾਵਾਦੀ, ਅਸੀਂ ਅੱਜ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ। ਉਹ ਮੀਟਿੰਗ ਦਾ ਸਾਡਾ ਇੱਕ ਬਹੁਤ ਵੱਡਾ ਏਜੰਡਾ ਹੈ ਕਿ ਜਿਹੜੀਆਂ 2022 ਦੀਆਂ ਚੋਣਾਂ ਆ ਰਹੀਆਂ ਨੇ, ਅਸੀਂ ਉਹ ਚੋਣਾਂ ਦੇ ਵਿੱਚ ਆਪਣੇ ਨਿਰਪੱਖ ਬੰਦੇ ਆਪਣੀ ਪਾਰਟੀ ਵੱਲੋਂ ਖੜ੍ਹੇ ਕਰਨੇ ਨੇ। ਇਹਦਾ ਮਕਸਦ ਕੀ ਹੈ? ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ
ਰਵਾਇਤੀ ਪਾਰਟੀਆਂ ਉਹ ਸਾਡੇ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਲੁੱਟ ਰਹੀਆਂ ਨੇ। ਮਹਿੰਗਾਈ ਬਹੁਤ ਵਧਾਤੀ ਹੈ। ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਐਜੂਕੇਸ਼ਨ ਦਿੰਦੀ ਹੈ, ਐਜੂਕੇਸ਼ਨ ਇਹਨਾਂ ਨੇ ਇੰਨੀ ਮਹਿੰਗੀ ਕਰਤੀ ਕਿ ਉਹ ਆਮ ਜਿਹੜਾ ਪਰਿਵਾਰ ਹੈ ਉਹ ਆਪਣੇ ਬੱਚਿਆਂ ਨੂੰ ਪਲੱਸ ਟੂ ਤੋਂ ਬਾਅਦ ਜਾਂ ਮੈਟ੍ਰਿਕ ਤੋਂ ਬਾਅਦ ਆਪਣੇ ਐਜੂਕੇਸ਼ਨ ਦਵਾ ਨਹੀਂ ਸਕਦਾ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡਾ ਇਹ ਐਜੂਕੇਸ਼ਨ ਦਾ ਸੰਵਿਧਾਨਕ ਹੱਕ ਹੈ, ਇਹ ਸਾਡੇ ਬੱਚਿਆਂ ਨੂੰ, ਜਿਹੜੇ ਭਾਰਤੀ ਲੋਕ ਨੇ ਉਹਨਾਂ ਦੇ ਬੱਚਿਆਂ ਨੂੰ ਮੁੱਢ ਤੋਂ ਲੈ ਕੇ ਅਖੀਰ ਤੱਕ, ਭਾਵ ਚਾਹੇ ਡਾਕਟਰ ਹੈ, ਇੰਜੀਨੀਅਰ ਹੈ, ਪ੍ਰੋਫੈਸਰ ਹੈ, ਉਹ ਫਰੀ ਐਜੂਕੇਸ਼ਨ ਦਿੱਤੀ ਜਾਵੇ। ਦੂਸਰਾ ਜਿਹੜਾ ਸਾਡਾ ਏਜੰਡਾ ਹੈ ਉਹ ਸਿਹਤ ਦਾ ਹੈ। ਸਿਹਤ ਪੱਖੋਂ ਜਿਹੜਾ ਸਾਡਾ ਪੰਜਾਬ ਹੈ ਉਹ ਬਹੁਤ ਥੱਲੇ ਜਾ ਰਿਹਾ, ਕਿਉਂਕਿ ਨਸ਼ੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹੈ। ਸਾਡੀ ਜਿਹੜੀ ਜਵਾਨੀ ਹੈ ਉਹ ਨਸ਼ਿਆਂ ਨੇ ਖਾ ਲਈ ਹੈ, ਉਹ ਹੋਰ ਪਾਸੇ ਸੋਚਦੇ ਨਹੀਂ ਹੈਗੇ। ਇਹ ਵੀ ਕਾਰਪੋਰੇਟ ਜਗਤ ਦਾ ਇੱਕ ਬਹੁਤ ਵੱਡਾ ਸਾਡੇ ਨਾਲ ਧੋਖਾ ਹੈ, ਧਰੋਹ ਹੈ, ਕਿਉਂਕਿ ਉਹ ਸਾਡੇ ਨਸ਼ਿਆਂ 'ਤੇ ਲਾ ਕੇ ਨੌਜਵਾਨਾਂ ਨੂੰ ਖਤਮ ਕਰ ਰਹੇ ਨੇ। ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦਾ ਕਿੱਤਾ ਇੱਥੇ ਹੈ ਨਹੀਂ, ਕੋਈ ਰੁਜ਼ਗਾਰ ਨਹੀਂ ਹੈ, ਬੇਰੁਜ਼ਗਾਰੀ ਬਹੁਤ ਵਧੀ ਹੋਈ ਹੈ। ਉਹ ਜਿਹੜੇ ਨੇ ਲੋਕ ਨੌਜਵਾਨ ਆਪਣੇ ਰੁਜ਼ਗਾਰ ਦੀ ਖਾਤਰ ਬਾਹਰ ਫੋਰਨ ਨੂੰ ਭੱਜ ਰਹੇ ਨੇ। ਜਿਹੜੇ ਪੰਜਾਬ ਦੇ ਵਿੱਚ ਲੋਕ ਰਹਿ ਗਏ ਉਹ ਲੋਕ ਬੁੱਢੇ ਰਹਿ ਜਾਣੇ ਨੇ, ਅਤੇ ਉਹ ਬੰਦੇ ਜਿਹੜੇ ਨੇ ਉਹ ਕਿਸੇ ਕੰਮ ਕਰਨ ਜੋਗੇ ਨਹੀਂ ਹੈ। ਪੈਸੇ ਦੇ ਨਾਲ, ਨਸ਼ਿਆਂ ਦੇ ਨਾਲ ਇਹਨਾਂ ਨੇ ਵੋਟਾਂ ਖਰੀਦ ਲੈਣੀਆਂ ਅਤੇ 5 ਸਾਲ ਫਿਰ ਲੁੱਟਣਾ ਹੈ। ਅਸੀਂ ਕਹਿੰਦੇ ਜਿਹੜੇ ਧੋਖੇਬਾਜ਼ ਲੋਕ ਨੇ ਇਹਨਾਂ ਤੋਂ ਬਚੋ। ਅਗਲਾ ਸਾਡਾ ਹੈ ਵੀ ਜਿਹੜੀ ਚੋਣ ਪ੍ਰਣਾਲੀ ਹੈ ਇਹ ਬਹੁਤ ਗਲਤ ਹੈ। EVM ਨਾ ਕਰਦੀ ਹੈ, EVM ਦਾ ਕੋਈ ਰਿਕਾਰਡ ਹੀ ਨਹੀਂ ਹੁੰਦਾ। ਅਸੀਂ ਕਹਿੰਦੇ ਜਿਹੜੀ ਚੋਣ ਪ੍ਰਣਾਲੀ ਹੈ ਬੈਲਟ ਪੇਪਰ ਨਾਲ ਹੋਣੀ ਚਾਹੀਦੀ ਹੈ। ਚੋਣ ਮੈਨੀਫੈਸਟੋ ਨਿਰਾ ਠੱਗੀ ਦਾ ਮਸਾਲਾ ਹੈ। ਕੋਈ ਕਹਿੰਦਾ ਮੈਂ 300 ਯੂਨਿਟ ਮਾਫ਼ ਕਰ ਲੂੰ, ਕੋਈ 400 ਯੂਨਿਟ ਮਾਫ਼ ਕਰ ਲੂੰ, ਕੋਈ ਕਹਿੰਦਾ 15 ਲੱਖ ਤੁਹਾਡੇ ਖਾਤੇ 'ਚ ਆਜੂਗਾ। ਅਸੀਂ ਕਹਿੰਦੇ ਵੀ ਚੋਣ ਮੈਨੀਫੈਸਟੋ ਜਿਹੜਾ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ, ਜੋ ਜੇਕਰ ਨਹੀਂ ਉਸ ਨੂੰ ਚੋਣ ਮੈਨੀਫੈਸਟੋ ਨੂੰ ਲਾਗੂ ਕਰ ਦਿੱਤਾ, ਉਹ ਸਰਕਾਰ ਉਹਦੀ ਬਰਖਾਸਤ ਕਰ ਦੇਣੀ ਚਾਹੀਦੀ ਹੈ। ਰਾਸ਼ਟਰਪਤੀ ਜਾਂ ਚੋਣ ਕਮਿਸ਼ਨ ਉਹਨਾਂ ਦੀ ਜਿਹੜੀ ਹੈ ਉਸ ਸਰਕਾਰ ਨੂੰ ਰੱਦ ਕਰ ਦੇਵੇ, ਤਾਂ ਕਿ ਲੋਕ ਠੱਗੀ ਦੇ ਸ਼ਿਕਾਰ ਨਾ ਹੋ ਸਕਣ, ਝੂਠ ਫਰੇਬ ਦੇ ਵਿੱਚ ਨਾ ਆ ਸਕਣ। ਅਗਲਾ ਜਿਹੜਾ ਸਾਡਾ ਹੈ, ਜਿਹੜਾ MLA MP ਨੂੰ ਬਹੁਤ ਜ਼ਿਆਦਾ ਇਹਨਾਂ ਨੇ ਸਹੂਲਤਾਂ ਦਿੱਤੀਆਂ ਨੇ, ਈਵਨ ਪੈਨਸ਼ਨਾਂ ਵੀ ਦਿੱਤੀਆਂ ਹੋਈਆਂ ਨੇ। ਸਾਡਾ ਜਿਹੜਾ ਉਦੇਸ਼ ਹੈ, ਅਸੀਂ ਕਹਿੰਦੇ ਹਾਂ ਵੀ ਗਰੀਬਾਂ ਦੀ ਲੁੱਟ ਹੁੰਦੀ ਹੈ, ਟੈਕਸ ਅਸੀਂ ਭਰਦੇ ਹਾਂ, ਪਰ ਇਹ MLA MP ਇਹ ਵੱਡੀਆਂ ਵੱਡੀਆਂ ਪੈਨਸ਼ਨਾਂ ਲੈ ਕੇ ਸਾਡੇ ਪੰਜਾਬ ਨੂੰ ਕਰਜ਼ਾਈ ਕਰ ਰਹੇ ਨੇ। ਇਹ ਪੈਨਸ਼ਨਾਂ ਬੰਦ